ਛੱਤ ਜੀ ਅਲਹਮਦੁਲਿਲਾ ਓਕੇ ਹੋ ਗਈ ਹੈ। ਹੁਣ ਦੇਖੋ ਨਾ ਸਾਰੇ ਦੇ ਉੱਤੇ ਮਾਰ ਕੇ ਸੀਮੈਂਟ 'ਤੇ ਡਬਲ ਕਰ ਦਿੱਤੀ ਗਈ ਹੈ, ਠੀਕ ਹੈ। ਹੁਣ ਮਤਲਬ ਇਹ ਚੋਵਣ ਵਾਲੀ ਪਰੇਸ਼ਾਨੀ ਜਿਹੜੀ ਨੂੰ ਖਤਮ ਹੋ ਗਈ ਹੈ। ਅਗਰ ਇਹ ਕੱਚੀ ਰਹਿੰਦੀ ਨਾ ਤਾਂ ਅਸੀਂ ਪਾ ਰਹੇ ਸੀ ਆਪਣਾ ਫਰਸ਼ ਥੱਲੇ ਜਿਹੜਾ ਸੇਨ ਦੇ ਵਿੱਚ, ਜਦੋਂ ਵੀ ਬਾਰਿਸ਼ ਆਉਣੀ ਆਈ ਪਾਣੀ ਉੱਤੋਂ ਸਮਝੋ ਕਿ ਨਾ ਉਹ ਮਿੱਟੀ ਖੋਰ ਖੋਰ ਕੇ ਥੱਲੇ ਸੇਨ 'ਚ ਲਿਆ ਲਿਆ ਕੇ ਸੱਟਿਆ ਬਾਰਿਸ਼ ਦਾ ਜਿਹੜਾ ਪਾਣੀ ਹੁੰਦਾ, ਅਤੇ ਉਹਦੇ ਨਾਲ ਸਮਝੋ ਬੜੀ ਪਰੇਸ਼ਾਨੀ ਬਣਨੀ ਹੈ। ਸਾਰਾ ਵਿਹੜੇ ਦਾ ਸਤੀਆ ਨਾਸ ਫਿਰਦਾ ਜਾਣਾ, ਠੀਕ ਆ। ਇਹਦੇ 'ਤੇ ਤਕਰੀਬਨ ਖਰਚਾ ਕੁ 20,000 ਦੇ ਲਗਭਗ ਆ ਹੀ ਗਿਆ, ਅਤੇ ਮਾਸ਼ਾਅੱਲਾ ਜ਼ਬਰਦਸਤ ਹੋ ਗਈ ਹੈ ਛੱਤ, ਹੁਣ ਡਬਲ ਹੋ ਗਈ। ਹੁਣ ਪਰੇਸ਼ਾਨੀ ਜਿਹੜੀ ਨਾ ਉਹ ਖਤਮ ਹੋ ਗਈ ਹੈ। ਬਸ ਇਹ ਸਾਈਡਾਂ ਦੇ ਨਾਲ ਨਾਲ ਥੋੜ੍ਹਾ ਥੋੜ੍ਹਾ ਜਿਹੜਾ ਨਾ ਸੀਮੈਂਟ, ਭਾਈ ਨੂੰ ਮੈਂ ਆਖਿਆ, ਮੈਂ ਕਿਹਾ ਜਿਸ ਟਾਈਮ ਸੁੱਕ ਜਾਂਦੀ ਨਾ ਉਦੋਂ ਇਹਦੇ ਨਾਲ ਨਾਲ ਲੱਗ ਜਾਵੇ ਨਾ, ਅਤੇ ਫਿਰ ਇਹ ਵੀ ਸਮਝੋ ਜਿਹੜਾ ਬਨੇਰਾ ਹੈ ਨਾ ਇਹ ਵੀ ਪੱਕਾ ਹੋ ਜਾਵੇਗਾ, ਅਤੇ ਇਹਦੇ ਤੋਂ ਹੀ ਜਿਹੜੀ ਕਿ ਥੋੜ੍ਹੀ ਬਹੁਤੀ ਹੈ ਕਸਰ ਇਹ ਨਿਕਲ ਜਾਵੇਗੀ ਇਨਸ਼ਾਅੱਲਾ ਤਾਲਾ। ਹੁਣ ਮਾਸ਼ਾਅੱਲਾ ਬਹੁਤ ਹੀ ਵਧੀਆ ਅਤੇ ਬਿਹਤਰੀਨ ਹੋ ਗਿਆ। ਅਸਲਾਮ ਅਲੈਕੁਮ ਜੀ, ਕੀ ਹਾਲ ਨੇ ਸਾਰਿਆਂ ਦੇ। ਮੈਂ ਦੁਬਾਰਾ ਮਸਜਿਦ 'ਚ ਆ ਚੁੱਕਿਆ, ਕਿਉਂਕਿ ਅਪਡੇਟ ਜਿਹੜੀ ਹੈ ਨਾ ਉਹ ਲੈਣੀ ਪੈਂਦੀ ਹੈ, ਵਾਰ ਵਾਰ ਚੈਕਿੰਗ ਕਰਨੀ ਪੈਂਦੀ ਹੈ ਕੰਮ ਜਿਹੜਾ ਨਾ ਹੋ ਰਿਹਾ ਕਿਸ ਤਰ੍ਹਾਂ ਦਾ ਹੋ ਰਿਹਾ। ਹੁਣ ਵੈਸੇ ਤਾਂ ਮੇਰੀ ਪਰੇਸ਼ਾਨੀ ਅਲਹਮਦੁਲਿਲਾ ਮੁੱਕ ਗਈ ਹੈ। ਇਹ ਸਾਡਾ ਪੁਰਾਣਾ ਮਿਸਤਰੀ ਹੈ ਅਲਹਮਦੁਲਿਲਾ, ਕੋਈ ਵੀ ਕੰਮ ਕਰਦਾ ਨਾ ਨੀਅਤ ਨਾਲ ਅਤੇ ਸੋਹਣਾ ਅਤੇ ਸੁਥਰਾ ਕਰਦਾ, ਠੀਕ ਹੈ। ਔਰ ਇਹਦੇ ਵਿੱਚ ਵੀ ਲੱਗ ਗਏ ਸਮਝੋ ਤੋੜੋ ਤੋੜ ਫਰਸ਼, ਠੀਕ ਹੈ, ਬਰਾਂਡੇ ਦੇ ਵਿੱਚ। ਅਤੇ ਇਹ ਅਸੀਂ ਕਰਨੀਆਂ ਸੀ ਗੋਲ ਹਲਵਾਣਾ, ਕਿ ਮੈਂ ਮਿਸਤਰੀ ਨੂੰ ਆਖਿਆ ਵੀ ਇਹ, ਅਤੇ ਭਾਈ ਕਬੀਰ ਨੇ ਵੀ ਆ ਕੇ ਆਖਿਆ ਬਈ ਇਹ ਥੋੜ੍ਹਾ ਕੰਮ ਜਿਹੜਾ ਨਾ ਗਲਤ ਹੋ ਗਿਆ। ਲੇਕਿਨ ਹੁਣ ਵੀ ਇਹਦੇ ਨਾਲ ਨਾ ਉਹ ਜਿੱਥੋਂ ਜਗ੍ਹਾ ਬਚੀ ਹੋਈ ਨਾ ਬਾਲਿਆਂ ਵਾਲੀ, ਉੱਥੇ ਥੋੜ੍ਹੀ ਥੋੜ੍ਹੀ ਇੱਟ ਵਧਾ ਕੇ ਲਾ ਕੇ ਅਤੇ ਇਹਨੂੰ ਜਿਹੜੇ ਨਾ ਗੁਲਾਈ 'ਚ ਕਰਨ ਦੀ ਕੋਸ਼ਿਸ਼ ਕਰਾਂਗੇ, ਠੀਕ ਹੈ। ਵਰਨਾ ਇਸ ਤਰ੍ਹਾਂ ਨਾ ਗਾਰ ਵਾਲਾ ਜਿਵੇਂ ਬਰਾਂਡਾ ਹੁੰਦਾ ਉਸ ਤਰ੍ਹਾਂ ਲੱਗਦਾ, ਇਵੇਂ ਗੱਲ ਹੈ। ਅਤੇ ਫਰੰਟ ਸਾਈਡ 'ਤੇ ਨਾ ਜਿਹੜੇ ਉਹ ਪਿੱਛੇ ਮਨਾਰ ਹੈਗੇ ਨਾ ਉਹ ਅਗਾਂਹ ਕੱਢ ਕੇ ਲੈ ਆਵਾਂਗੇ, ਤਾਂ ਕਿ ਮਸਜਿਦ ਦੀ ਮਸਜਿਦ ਪੂਰੀ ਸਹੀ ਤਰ੍ਹਾਂ ਲੱਗੇ। ਹਜੇ ਸਮਝੋ ਕਿ ਇੰਝ ਲੱਗਦਾ ਪਿਆ ਕਿ ਘਰ ਦਾ ਬਰਾਂਡਾ ਜਿਹੜਾ ਨਾ ਉਹ ਤਿਆਰ ਹੋਇਆ ਖੜਾ। ਬਾਕੀ ਅੱਜ ਹੀ ਇਹਦੀ ਕੋਸ਼ਿਸ਼ ਕਰਕੇ ਨਾ ਸਿੱਧੀ ਕਰਕੇ ਸਮਝੋ ਕਿ ਇਹ ਸਾਰਾ ਲੈਵਲ ਸ਼ੈਵਲ ਕੱਢ ਕੇ, ਅਤੇ ਜਿਹੜੀਆਂ ਕੀਟਾਂ ਪਈਆਂ ਨੇ ਉਹ ਬਾਹਰ ਕੁਝ ਪਈਆਂ ਨੇ ਅਤੇ ਕੁਝ ਹੈ ਅੰਦਰ, ਇਹ ਇੱਥੇ ਵਿਹੜੇ ਦੇ ਵਿੱਚ ਸਮਝੋ ਸੋਲਾਂ ਲਾਉਣ ਦੀ ਕੋਸ਼ਿਸ਼ ਕਰਨਗੇ। ਅਤੇ ਬਾਕੀ ਜਿਹੜੀ ਮਜ਼ੀਦ ਥੋੜ੍ਹੀ ਬਹੁਤੀ ਕੱਟ ਗਈ ਹੈ ਟੋ ਕੱਲ੍ਹ ਨੂੰ ਜਿਹੜੀ ਲਿਆ ਕੇ ਅਤੇ ਮੁਕੰਮਲ ਹੋ ਜਾਵੇਗਾ ਫਰਸ਼। ਅਤੇ ਕੋਸ਼ਿਸ਼ ਹੈ ਹੁਣ ਜਲਦ ਅਜ ਜਲਦ ਜਿਹੜਾ ਨਾ ਕੰਮ ਨਿਬੜ ਜਾਵੇਗਾ, ਕਿਉਂਕਿ ਪਹਿਲੇ ਇੱਕੋ ਮਿਸਤਰੀ ਆਏ, ਮਜ਼ਦੂਰ ਦੋ ਆ, ਖੱਪ ਖਪਈਆ ਬੜਾ ਆਈ, ਕੰਮ ਕੋਈ ਨਾ ਚੱਲਦਾ। ਅਤੇ ਅੱਜ ਤੁਸੀਂ ਕੰਮ ਚੈੱਕ ਕਰ ਲਓ, ਹਜੇ ਅੱਧੀ ਦਿਹਾੜੀ ਗੁਜ਼ਰੀ ਹੈ, ਉੱਤੇ ਛੱਤ ਵੀ ਮੁਕੰਮਲ ਹੋ ਚੁੱਕੀ ਹੈ, ਅਤੇ ਬਾਕੀ ਜਿਹੜਾ ਨਾ ਬਰਾਂਡੇ ਦੇ ਵਿੱਚ ਸੋਲਾਂ ਇਹ ਵੀ ਕੰਪਲੀਟ ਹੋ ਚੁੱਕਿਆ। ਅਤੇ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਜਿਹੜੀਆਂ ਇੱਟਾਂ ਪਈਆਂ ਨੇ ਉਹ ਇਹਦੇ ਵਿੱਚ ਲੱਗ ਜਾਣਗੀਆਂ ਅੱਜ ਦੇ ਦਿਨ ਦੇ ਵਿੱਚ ਇਨਸ਼ਾਅੱਲਾ। ਬਰਾਂਡੇ ਦਾ ਫਰਸ਼ ਜਿਹੜਾ ਨਾ ਦੁਬਾਰਾ ਉਹਨਾਂ ਨੇ ਪਟਾਇਆ ਗਿਆ, ਕਹਿੰਦੇ ਨੇ ਕਿ ਉਸ ਮਸਜਿਦ ਬਰਾਬਰ ਬਰਥੀ ਪਾ ਕੇ, ਅਤੇ ਇਹ ਇੱਟ ਪਈ ਹੈ ਨਾ ਯਾਨੀ ਕਿ ਇਸ ਫਰਸ਼ ਦੇ ਬਰਾਬਰ ਇਹ ਫਰਸ਼ ਕਰਨਾ, ਫਿਰ ਲੱਗੇਗਾ ਸੋਹਣਾ ਪਾਣੀ, ਫਿਰ ਉੱਧਰੋਂ ਮਾਰਾਂਗੇ ਸਿੱਧਾ ਬਾਹਰ ਨਿਕਲ ਜਾਵੇ ਕਰੇਗਾ। ਅਗਰ ਇਸੇ ਤਰ੍ਹਾਂ ਲਾ ਦਈਏ ਤਾਂ ਫਿਰ ਉਸ ਫਰਸ਼ ਦੇ ਬਰਾਬਰ ਇਹ ਫਰਸ਼ ਰਹਿ ਜਾਣਾ, ਬਾਹਰ ਵਾਲਾ ਪਾਣੀ ਅੰਦਰ ਵੀ ਆ ਸਕਦਾ ਹੈਗਾ। ਇਹ ਵੀ ਤਕਰੀਬਨ ਉਹਨਾਂ ਨੇ ਆਈਡੀਆ ਤਾਂ ਠੀਕ ਲਾਇਆ। ਅਤੇ ਇਹਦੇ ਵਿੱਚ ਬਾਕੀ ਮਿਸਤਰੀਆਂ ਦਾ ਮਲ ਦਖਲ ਨਹੀਂ ਹੋਵੇਗਾ, ਜਿਵੇਂ ਹੁਣ ਫਰਸ਼ ਲੱਗਾ ਪਿਆ ਨਾ ਉਸੇ ਤਰ੍ਹਾਂ ਉਹਨਾਂ ਨੇ ਫਰਸ਼ ਲਾ ਕੇ ਦੇਣਾ ਹੈਗਾ। ਇਹ ਇੱਕ ਭਾਈ ਹੋਰ ਨੇ, ਭਾਈ ਅਫਜ਼ਲ ਸਾਹਿਬ, ਉਹਨਾਂ ਨੇ ਆ ਕੇ ਇਹ ਆਈਡੀਆ ਦਿੱਤਾ। ਉਹਨਾਂ ਆਖਿਆ ਮੈਂ ਮੁੰਡੇ ਥੱਲੇ ਲਾ ਕੇ ਨਾ ਮਿੱਟੀ ਹੋਰ ਸਟਾ ਕੇ ਇੱਥੇ ਬਰਫੀ ਪਵਾ ਕੇ ਇਹਦੇ ਉੱਤੇ ਜਿਸ ਤਰ੍ਹਾਂ ਤੁਸੀਂ ਇਹ ਵਿਛਾਇਆ ਨਾ ਫਰਸ਼, ਇਸੇ ਤਰ੍ਹਾਂ ਅਸੀਂ ਵਿਛਾ ਕੇ ਦੇ ਦੇਵਾਂਗੇ, ਅਗਲਾ ਕੰਮ ਤੁਹਾਡਾ ਹੈ। ਜੋ ਵੀ ਤੁਸੀਂ ਉੱਤੇ ਲਾਉਣਾ, ਸੀਮੈਂਟ ਲਾਉਣਾ ਜਾਂ ਜੋ ਵੀ ਬਜਰੀ ਵਾਲਾ ਪਾਉਣਾ ਹੈਗਾ,
ਤੇ ਜਿਸ ਤਰ੍ਹਾਂ ਬਾਜ਼ਾਰ ਵਿੱਚ ਤੁਹਾਡਾ ਲੱਗਾ ਖਲਾਸੀ ਨੰਬਰ, ਅਸੀਂ ਉਸ ਤਰ੍ਹਾਂ ਤੁਹਾਨੂੰ ਓਕੇ ਕਰਕੇ ਦੇਣਾ। ਅਗਰ ਉਸੇ ਤਰ੍ਹਾਂ ਮਤਲਬ ਤੁਸੀਂ ਕਰ ਦਿੰਦੇ ਹੋ ਨਾ ਜੇ ਇਸ ਤਰ੍ਹਾਂ, ਤੇ ਬਾਹਰ ਵਾਲਾ ਪਾਣੀ ਅੰਦਰ ਆਵੇਗਾ ਕਿਉਂਕਿ ਆਉਂਦੇ ਬਰਾਬਰ ਹੋ ਜਾਣਾ। ਤੇ ਤਕਰੀਬਨ ਠੀਕ ਹੀ ਉਹਨਾਂ ਨੇ ਸੋਚਿਆ ਬਾਈ ਜੀ, ਪਹਿਲੇ ਅਸੀਂ ਤਾਂ ਬਰਫੀ ਪਾਵਣ ਨਾਲ ਸਿੱਧਾ ਸਾਵਾਂ ਹੀ ਅਸੀਂ ਜਿਹੜਾ ਕੰਮ ਕਰ ਰਹੇ ਸੀ। ਬਹਰਹਾਲ ਠੀਕ ਹੋ ਗਿਆ, ਜ਼ਬਰਦਸਤ ਹੋ ਗਿਆ, ਉਹ ਨੀਵਾਂ ਨਹੀਂ ਰਹੇਗਾ, ਉੱਚਾ ਹੋ ਜਾਵੇਗਾ ਜੀ। ਅਲਹਮਦੁਲਿਲਾ ਮਸਜਿਦ ਦਾ ਸਿਹੇ ਨਾਲ ਫਰਸ਼ ਜਿਹੜਾ ਉਹ ਲੱਗ ਚੁੱਕਿਆ, ਕੰਪਲੀਟ ਹੋ ਚੁੱਕਿਆ। ਮੈਂ ਵੀ ਨਾਲ ਲੱਗਿਆ ਹੋਇਆ ਸੀ ਤਾਂ ਹੀ ਪਸੀਨੇ ਛੁੱਟੇ ਖੜੇ ਨੇ ਥੋੜ੍ਹਾ ਬਹੁਤਾ, ਨਾਲ ਇੱਟਾਂ ਉੱਟਾਂ ਸਟਾਈਆਂ ਨੇ, ਥੋੜ੍ਹਾ ਜਿਹਾ ਸੋਲੰਗ ਲਾਇਆ ਅਤੇ ਨਾਲ ਮਿਸਤਰੀਆਂ ਦਾ ਸਾਥ ਦਿਵਾਇਆ। ਮੈਂ ਕਿਹਾ ਆਊਟ ਹੋ ਰਿਹਾ ਟਾਈਮ, ਦੋ ਮਜ਼ਦੂਰ ਤਾਂ ਸਾਡੇ ਛੁੱਟੀ ਵੀ ਕਰ ਗਏ ਨੇ ਟਾਈਮੋ ਟਾਈਮ, ਉਹਨਾਂ ਨੇ ਆ ਕੇ ਸਾਡਾ ਟਾਈਮ ਪੂਰਾ ਹੋ ਗਿਆ। ਖੈਰ ਕੰਮ ਅਲਹਮਦੁਲਿਲਾ ਤਕਰੀਬਨ ਨਿਬੜ ਗਿਆ। ਇਹ ਹੁਣ ਕੱਚੀ ਥਾਂ ਤਾਂ ਛੱਡੀਏ ਇੱਥੇ ਜੁੱਤੀਆਂ ਲਾਉਣ ਵਾਸਤੇ ਨਾ ਰੱਖਾਂਗੇ, ਮਤਲਬ ਬਜਰੀ ਅਤੇ ਸੀਮਿੰਟ ਪਾ ਕੇ ਨਾ ਥੋੜ੍ਹਾ ਜਿਹਾ ਨੀਵਾਂ ਇਹਦੇ ਤੋਂ ਰੱਖ ਲਵਾਂਗੇ, ਨਾਲੇ ਤਾਂ ਪਾਣੀ ਜਿਹੜਾ ਨਾ ਉੱਥੇ ਜਾ ਕੇ ਲਵੇਗਾ, ਉੱਥੇ ਪਾਈਪ ਲਾ ਲਾਂਗੇ। ਅਤੇ ਬਾਕੀ ਇਸ ਵਾਸਤੇ ਵੀ ਨਾ ਜਿਹੜਾ ਇਹਦੇ ਵਿੱਚ ਪਾਣੀ ਆਉਣਾ ਉਹ ਵੀ ਥੋੜ੍ਹਾ ਜਿਹਾ ਇਹ ਨੀਵਾਂ ਰੱਖ ਲਿਆ, ਇੱਕ ਵਾਰ ਇਹ ਸਾਰਾ ਵਾਰ ਨੀਵਾਂ ਰੱਖ ਕੇ ਪਾਣੀ ਸਿੱਧਾ ਇੱਧਰ ਕੱਢ ਲਵਾਂਗੇ, ਠੀਕ ਹੋ ਗਿਆ। ਬਾਕੀ ਮਾਸ਼ਾਅੱਲਾ ਕੰਮ ਬਿਲਕੁਲ ਫਿੱਟ ਫਾਟ ਅਲਹਮਦੁਲਿਲਾ ਬਿਹਤਰੀਨ ਹੋ ਗਿਆ। ਇਹ ਵਾਲਾ ਜਿਹੜਾ ਨਾ ਉਹ ਬਾਈ ਫਜ਼ਲ ਨੇ ਜ਼ਿੰਮੇ ਲਾ ਲਿਆ, ਅਫਜ਼ਲ ਨੇ, ਅਤੇ ਉਹਨੇ ਆਖਿਆ ਵੀ ਰਾਤ ਮੈਂ ਮਿੱਟੀ ਪਵਾ ਕੇ ਅਤੇ ਇੱਟਾਂ ਜਿਹੜੀਆਂ ਨਾ ਇਹ ਪਈਆਂ ਹੋਈਆਂ, ਠੀਕ ਹੈ। ਤਕਰੀਬਨ 11 ਸੌ ਇੱਟ ਹੈਗੀ ਇਹਦੇ ਵਿੱਚ, ਇਨਸ਼ਾਅੱਲਾ ਤਾਲਾ ਉਮੀਦ ਹੈ ਪੂਰੀ ਆ ਜਾਵੇਗੀ, ਬਾਕੀ ਕੋਈ ਕਮੀ ਪੇਸ਼ੀ ਹੋਈ ਤਾਂ ਇਨਸ਼ਾਅੱਲਾ ਤਾਲਾ ਪੂਰੀ ਕਰਵਾ ਦਿੱਤੀ ਜਾਵੇਗੀ ਇਨਸ਼ਾਅੱਲਾ, ਠੀਕ ਹੈ ਨਾ। ਅਤੇ ਹੁਣ ਮਿਸਤਰੀ ਵੀ ਛੁੱਟੀ ਕਰਨ ਲੱਗੇ, ਮੈਂ ਵੀ ਹੁਣ ਕਾਰ ਨੂੰ ਚੱਲਦਾ। ਕਾਰ ਅਸੀਂ ਆਏ ਹਾਂ ਅਤੇ ਮੁਸਰਤ ਕਾਰ ਕੋਈ ਨਹੀਂ ਸੀ ਹੈਗੀ, ਅਤੇ ਇਹਨੂੰ ਫੌਜੀਆਂ ਨੂੰ ਪੁੱਛਿਆ ਮੈਂ ਕਿੱਥੇ ਗਈ, ਅਤੇ ਉਹਨੇ ਦੱਸਿਆ ਜੀ ਇੱਥੇ ਵੱਟਦੀ ਪਈ ਹੈ ਘਾਹ ਉਸ ਮਕਈ ਦੇ ਵਿੱਚ, ਇੱਧਰ ਕਬੱਡੀ ਮੈਨ ਵੀ ਲੱਗੇ ਨੇ ਬੱਚੇ, ਚੈੱਕ ਕਰੋ ਇੱਥੇ ਗਾਹ ਕਿ ਨਹੀਂ ਵੱਟਦੀ ਉਹਦੀ। ਬੱਕਰੀ ਵਾਸਤੇ ਗਾਹ ਪੱਟਦੀ ਪਈ ਹੈਂ, ਆਹੋ ਵੇਖਾ ਕੌਡੀ ਮੈਨ ਆਹ ਅਲੀ ਹਮਜ਼ਾ ਵੀ ਨਹੀਂ ਵਿੱਚ, ਵਾਹ ਜੀ ਵਾਹ, ਵਾਹ ਜੀ ਵਾਹ, ਚੰਗੇ ਬੁਰੜੀਜੇ ਖੜੇ ਨੇ ਤਾਂ। ਘਾਹ ਖਾ ਜਾ ਸੀ, ਉਹ ਤਾਂ ਨਖਰੇ ਵਾਲੀ ਬੜੀ ਹੈ, ਹੈ ਤਾਂ ਸੋਹਣਾ, ਦਵਾਈ ਸ਼ਵਾਈ ਨਾ ਪਾਈ ਵੱਡੀ ਵੱਡੀ ਵੱਡੀ, ਹਾਂ ਵੱਡੀ ਵੱਡੀ, ਇਹਨੂੰ ਕਿਤੇ ਦਵਾਈ ਪਈ ਹੋਣੀ। ਚੱਲੀ ਹੁਣ ਕਾਰ ਤੱਕ ਕਰਾਉਣ ਵਾਲਾ ਹਰੰਦ, ਸਬਜ਼ੀ ਸੁਬਜ਼ੀ ਹੈ ਕੋਈ ਨਹੀਂ, ਆਟਾ ਹੀ ਕੋਈ ਨਹੀਂ, ਸਬਜ਼ੀ ਕੋਈ ਨਹੀਂ, ਬਸ ਠੀਕ ਹੈ। ਫਿਰ ਰੜੇ ਤੇ ਆਟਾ ਕਿਹਦੂ ਲੈਣਾ, ਪਿਆਉਣਾ ਹੈ ਜਾਂ ਪਿਆਵਣ ਵਾਸਤੇ ਤੁਹਾਨੂੰ ਟਾਈਮ ਲੱਗ ਸੀ, ਹੋਰ ਕਿਹਦੂ ਹੁਣ ਦਾ ਜੱਟ ਇੱਥੋਂ ਲੈ ਲਾ ਅਤੇ ਸਵੇਰੇ ਲੈ ਲਈ ਸਾ, ਹੁਣ ਲੱਭੇ ਕਿ ਨਾ ਲੱਭੇ, ਚਲੋ ਵੇਖ ਲਾ ਇੰਨਾ ਕੋਲ ਮੈਂ ਕਿ ਡੰਗ ਦਾ ਲੈ ਲਾ ਸਵੇਰੇ ਲੈ ਲੈਂਦੇ, ਆਹੋ ਕਿਉਂ ਖੋਤੀ ਨੂੰ ਸਜ਼ਾ ਦੇ ਰਿਹਾ ਵਿੱਚੋਂ ਹਲਵਾਣਾ ਦੇ ਲਈ ਫਿਰਦਾ। ਲੈ ਤੇਰੇ ਵਾਸਤੇ ਬਾਲਣ ਬਣਿਆ ਪਿਆ, ਹਾਂ ਇਹ ਕੰਡਿਆਂ ਦਾ ਬਾਲਣ ਇਸ ਕਰਕੇ ਹੈ ਬਈ ਇੱਥੇ ਤੰਦੂਰੀ ਹੈ ਨਾ ਉਹਦੇ ਵਿੱਚ ਕੰਮ ਦੇ ਜਾਸੀ, ਸ਼ਾਮ ਦੀਆਂ ਰੋਟੀਆਂ ਇੱਥੇ ਲਿਆ ਪਕਾ, ਮੁੱਖ ਹੱਥ ਦਾ ਬਾਲਣ ਪਿਆ ਹੋਇਆ, ਇਹ ਵੱਡਿਆ ਕਾਂ ਐਵੇਂ ਹੀ ਪਿਆ ਹੋਇਆ, ਬਸ ਸਹੀ ਹੈ ਵੀ ਸੁੱਕਾ, ਬਿਲਕੁਲ ਹੀ ਸੁੱਕਾ ਹੈ,
ਤੰਦੂਰੀ ਦੇ ਕੰਮ ਦੇ ਜਾਣੇ, ਤੰਦੂਰੀ 'ਚ ਵੈਸੇ ਵੀ ਇਹੋ ਜਿਹਾ ਕੰਮ ਦਿੰਦਾ। ਆਹੋ ਹੁਣ ਲੈ ਚੱਲ ਪੱਠੇ, ਸਬਜ਼ੀ ਦਾ ਕੋਈ ਬੰਦੋਬਸਤ ਕਰੀਏ, ਹੁਣ ਦਾਲ ਦੂਲ ਤਾਂ ਪੱਕਣੀ ਕੋਈ ਨਹੀਂ, ਦਾਲ ਪਈ ਕੋਈ ਨਹੀਂ ਆਉਣੀ ਪੱਕ, ਚਾਵਲ ਹੀ ਕੋਈ ਨਹੀਂ ਪਏ, ਚਾਵਲ ਕੋਈ ਖਾ ਲੈਂਦੇ ਪਰ ਤੈਨੂੰ ਨਹੀਂ ਚੰਗੇ। ਹਾਂ ਚਾਵਲ ਫਿਰ ਰਹਿਣ ਦੇ, ਕੋਈ ਸਬਜ਼ੀ ਮੰਗਾ ਲੈਂਦੇ। ਸਬਜ਼ੀ ਲੈਣ ਗਿਆ ਸੀ ਇੱਥੇ ਇੱਕ ਨੇੜੇ ਦੁਕਾਨ ਸੀ, ਉੱਥੇ ਸਿਰਫ ਔਰ ਸਿਰਫ ਆਲਮ ਸ਼ੇਰ ਲੱਭੇ ਨੇ, ਬਾਕੀ ਹੋਰ ਇਹਦੇ ਨਾਲ ਮਿਕਸ ਕਰਨ ਵਾਸਤੇ ਸਬਜ਼ੀ ਕੋਈ ਨਹੀਂ ਲੱਭੀ। ਹੈਲੋ ਆਲੂਆਂ 'ਤੇ ਅੱਜ ਗੁਜ਼ਾਰਾ ਕਰੋ, ਆਹ ਲੂਣ ਮਿਰਚ ਬਣ ਜਾਏਗਾ। ਇਸ ਗੱਲੋਂ ਜੀ ਆਲਮ ਸ਼ੇਰ ਜ਼ਿੰਦਾਬਾਦ, ਕਿਸੇ ਵੀ ਦੁਕਾਨ ਤੋਂ ਪਤਾ ਕਰ ਲਓ ਨਾ, ਆਲੂ ਕਮ ਅਸ ਕਮ ਤੁਹਾਨੂੰ ਲੱਭ ਜਾਣਗੇ, ਬਾਕੀ ਸਬਜ਼ੀ ਲੱਭੇ ਨਾ ਲੱਭੇ, ਕਿਉਂਕਿ ਬਾਕੀ ਸਬਜ਼ੀਆਂ ਜਿਹੜੀਆਂ ਨਾ ਉਹ ਤਕਰੀਬਨ ਜਿਹੜੀਆਂ ਥੋੜ੍ਹੀਆਂ ਵੱਡੀਆਂ ਦੁਕਾਨਾਂ ਆਉਂਦੀਆਂ ਨੇ, ਜਾਂ ਫਿਰ ਸਪੈਸ਼ਲੀ ਜਿਹੜਾ ਕੋਈ ਸਬਜ਼ੀ ਫਰੋਸ਼ ਬੰਦਾ ਹੁੰਦਾ ਉਹਨਾਂ ਕੋਲੋਂ ਮਿਲਦੀ ਆ। ਅਤੇ ਲੇਕਿਨ ਜਿਹੜੇ ਆਲੂ ਹੈ ਨਾ, ਕਿਸੇ ਵੀ ਛੋਟੀ ਜਿਹੀ ਕਰਿਆਨੇ ਦੁਕਾਨ 'ਤੇ ਚਲੇ ਜਾਓ, ਪਤਾ ਕਰੋ, ਆਲੂ ਅਤੇ ਗੰਢੇ ਜ਼ਰੂਰ ਲੱਭ ਜਾਣਗੇ, ਅਤੇ ਦਾਲ ਜਿਹੜੀ ਆ, ਬਾਕੀ ਸਬਜ਼ੀ ਸਿਰਫ ਔਰ ਸਿਰਫ ਸਪੈਸ਼ਲ ਜਿਹੜਾ ਸਬਜ਼ੀ ਫਰੋਸ਼ ਉਹਦੇ ਕੋਲ ਹੁੰਦੀ ਆ। ਭੈਣ ਭਾਈ ਪੁੱਛ ਰਹੇ ਨੇ ਕਿ ਤੁਹਾਡੀ ਭੈਣ ਦੇ ਬੱਚੇ ਕਿੱਥੇ ਨੇ, ਮਤਲਬ ਜਿਹੜੀ ਭੈਣ ਤੁਹਾਡੀ ਫੌਤ ਹੋ ਗਈ ਹੈ ਉਹਨਾਂ ਦਾ ਘਰ ਕਦੀ ਨਹੀਂ ਤੁਸੀਂ ਦਿਖਾਇਆ, ਅਤੇ ਮੈਂ ਅਕਸਰ ਵੀਡੀਓ ਦੇ ਵਿੱਚ ਦਿਖਾਉਂਦਾ ਰਹਿੰਦਾ, ਭਾਈ ਅਮੀਨ ਹੋਰਾਂ ਦਾ ਜਿਹੜਾ ਘਰ ਹੈ ਸਾਡੇ ਘਰ ਦੇ ਨਾਲ ਬਿਲਕੁਲ ਬੈਕ ਸਾਈਡ 'ਤੇ, ਬੱਚੇ ਅਕਸਰ ਸਾਡੇ ਕੋਲ ਹੀ ਆਉਂਦੇ ਨੇ, ਇਸ ਕਰਕੇ ਫਿਰ ਉਸ ਘਰ ਅਸੀਂ ਘੱਟ ਵੱਧ ਜਾਂਦੇ ਹਾਂ, ਔਰ ਹੁਣ ਹੋ ਸਕਦਾ ਅਸੀਂ ਬਿਲਕੁਲ ਉਸ ਘਰ ਜਾਈਏ ਕੋਈ ਨਾ। ਭਾਈ ਜੀ ਤੁਹਾਨੂੰ ਮੈਂ ਤਾਂ ਤਕਰੀਬਨ 2-4 ਵੀਡੀਓ ਸਾਡੀਆਂ ਸ਼ਾਇਦ ਗੁਜ਼ਰ ਗਈਆਂ, ਉਦੋਂ ਮੈਂ ਦੱਸਿਆ ਸੀ ਕਿ ਸਾਡੀ ਉਹਨਾਂ ਨਾਲ ਬੜੀ ਵਾਰ ਖਿਲਾਫਤ ਜਿਹੜੀ ਇਹਨੇ ਚੱਲਦੀ ਪਈ ਹੈ, ਖਾਸ ਤੌਰ 'ਤੇ ਬਾਈ ਅਮੀਨ ਦੀ ਜਿਹੜੀ ਵਾਲਦਾ ਹੈ ਨਾ, ਅਤੇ ਬਾਈ ਅਮੀਨ ਦੀ ਜਿਹੜੀ ਸਿਸਟਰ ਆ, ਠੀਕ ਆ, ਕਿਉਂਕਿ ਅਮੀਨ ਵਾਲੀ ਕਾਫੀ ਸਾਰਾ ਉਹਨਾਂ ਨੇ ਸਮਝੋ ਕਿ ਨਾ, ਮੈਂ ਤੁਹਾਨੂੰ ਕੀ ਦੱਸਾਂ, ਬਦਤਮੀਜ਼ੀ ਨਾਲ ਪੇਸ਼ ਆਈਆਂ ਜਿਸ ਟਾਈਮ ਤਕਰੀਬਨ ਮੇਰੇ ਖਿਆਲ ਹੈ ਬਾਜੀ ਪਰਵੀਨ ਦਾ ਖਤਮ ਹੈਗਾ ਸੀ, ਅਤੇ ਹੁਣ ਮਤਲਬ ਇਹ ਹੋ ਸਕਦਾ ਅਸੀਂ ਉਸ ਕਾਰ 'ਚ ਬਿਲਕੁਲ ਹੀ ਨਾ ਜਾਈਏ। ਬੱਚੇ ਸਾਡੇ ਲਿਆਉਂਦੇ ਜਾਂਦੇ ਰਹਿੰਦੇ ਨੇ ਅਲਹਮਦੁਲਿਲਾ, ਬੱਚਿਆਂ ਨੂੰ ਉਹਨਾਂ ਬੜਾ ਰੋਕਿਆ, ਬੜਾ ਮਨਾ ਕੀਤਾ, ਲੇਕਿਨ ਜਦੋਂ ਅੱਗੇ ਪਿੱਛੇ ਨਿਕਲ ਜਾਂਦੇ ਫਿਰ ਬੱਚੇ ਸਾਡੇ ਲਿਆ ਜਾਂਦੇ ਆ, ਅਤੇ ਅਸੀਂ ਉਹਨਾਂ ਬੱਚਿਆਂ ਨੂੰ ਬਿਲਕੁਲ ਨਹੀਂ ਮਨਾ ਕਰ ਸਕਦੇ, ਉਹਨਾਂ ਦਾ ਦੇਖਭਾਲ ਜਿਤਨਾ ਸਾਡੇ ਕੋਲ ਹੁੰਦਾ ਹੈ ਨਾ, ਉਹ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ। ਕਿਸੇ ਟਾਈਮ ਬਿਮਾਰ ਹੁੰਦੇ ਨੇ, ਕਿਸੇ ਟਾਈਮ ਉਹਨਾਂ ਨੂੰ ਕੋਈ ਜ਼ਰੂਰਤ ਹੁੰਦੀ ਆ, 100 ਮਸਲੇ ਮਸਾਇਲ ਹੁੰਦੇ ਆ, ਮਤਲਬ ਇਹ ਕਿ ਉਸ ਅਸੀਂ ਸਾਰੇ ਹੈਂਡਲ ਕਰਨੇ ਹੁੰਦੇ ਨੇ, ਉਹਦੇ ਵਿੱਚ ਅਸੀਂ ਬਿਲਕੁਲ ਅਸੀਂ ਪਿੱਛਾ ਨਹੀਂ ਹਟਾਂਗੇ, ਕਿਉਂਕਿ ਸਾਡਾ ਖੂਨ ਹੈ, ਸਾਡੀ ਭੈਣ ਦੇ ਬੱਚੇ ਨੇ, ਅਤੇ ਵਿਚਾਰੇ ਸਾਡੇ ਮਤਲਬ ਆਸ 'ਤੇ ਹੁੰਦੇ ਨੇ, ਠੀਕ ਹੈ ਨਾ, ਹੁਣ ਸਾਨੂੰ ਹੋਰ ਕੋਈ ਪੁੱਛਦਾ ਹੀ ਨਹੀਂ, ਬਾਪ ਤਾਈ ਕੋਈ ਨਹੀਂ ਪੁੱਛਦਾ, ਅਤੇ ਇਸ ਕਰਕੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ। ਤੋਂ ਇਲਾਵਾ ਜਿਹੜੇ ਕਿ ਕਮੈਂਟਸ ਵਗੈਰਾ ਆਉਂਦੇ ਨੇ ਕਿ ਘਰ ਕਾਫੀ ਗੰਦਾ ਹੈ, ਇੰਜੇ ਉਂਜੇ, ਅਤੇ ਉਸ ਨੂੰ ਮੇਰੀ ਭੈਣ ਮੋਮਨਾ ਨੇ ਬਹੁਤ ਹੀ ਪਿਆਰਾ ਕਮੈਂਟਸ ਦੇ ਜਿਹੜਾ ਨਾ, ਉਹਨਾਂ ਦੇ ਕਮੈਂਟਾਂ ਦਾ ਜਵਾਬ ਮੇਰੀ ਭੈਣ ਨੇ ਰਿਪਲਾਈ ਕੀਤਾ ਹੈਗਾ, ਸਾਹਮਣੇ ਤੁਸੀਂ ਕਮੈਂਟਸ ਵੇਖ ਸਕਦੇ ਹੋ, ਮੈਂ ਮੈਨਸ਼ਨ ਕੀਤਾ ਹੈਗਾ। ਮੇਰੀ ਭੈਣ ਲਿਖਦੀ ਹੈ ਕਿ ਜੋ ਗੰਦ ਕੇ ਬਾਰੇ ਮੈਂ ਕਮੈਂਟ ਕਰ ਰਹੇ ਹੈ, ਉਨਕੇ ਘਰ ਵੀ ਸਭ ਕੁਛ ਹੋ ਚੱਲ ਰਿਹਾ ਹੋਤਾ ਹੈ, ਬਸ ਨਜ਼ਰ ਅੰਦਾਜ਼ ਕਰ ਰਹੇ ਹੋਤੇ ਹੈ, ਅਤੇ ਕਿਆ ਵੋ ਖਾਣਾ ਨਹੀਂ ਖਾਤੇ, ਕਿਆ ਵੋ ਕੱਪੜੇ ਨਹੀਂ ਪਹਿਨਤੇ, ਕਿਆ ਵੋ ਵਾਸ਼ਰੂਮ ਨਹੀਂ ਜਾਤੇ, ਕਿਆ ਵੋ ਸਬਜ਼ੀ ਨਹੀਂ ਖਾਤੇ ਜਾਂ ਸਬਜ਼ੀ ਨਹੀਂ ਕੱਟਤੇ, ਉਨਕੇ ਬੱਚੇ ਨਹੀਂ ਹੋਤੇ, ਜਾਂ ਵੋ ਡੋਲ ਕੀ ਤਰ੍ਹਾਂ ਏਕ ਹੀ ਜਗ੍ਹਾ ਪਰ ਪੜੇ ਰਹਿਤੇ ਹੈਂ, ਸਭ ਕੋ ਪਤਾ ਹੋਤਾ ਹੈ, ਖਾਣਾ ਪੀਣਾ ਉਰਾਂ ਪਰਾਂ, ਮਤਲਬ ਸਭ ਕੁਛ ਹੁੰਦਾ ਹੈ, ਚੱਲ ਰਿਹਾ ਹੁੰਦਾ ਹੈਗਾ, ਤਾਂ ਲੇਕਿਨ ਮਤਲਬ ਕਿ ਨਾ ਅਗਾਂਹ ਗੱਲ ਕਰ ਦਿੰਦੇ ਨੇ। ਬਹਰਹਾਲ ਜੀ ਅਸੀਂ ਕਿਸੇ ਦੀ ਵੀ ਗੱਲ ਦਾ ਕੋਈ ਬੁਰਾ ਨਹੀਂ ਮਨਾਉਂਦੇ, ਕਿਸੇ ਕਿਸਮ ਦਾ ਕੋਈ ਗੁੱਸਾ ਨਹੀਂ ਲੱਗਦਾ, ਕਿਉਂਕਿ ਤੁਹਾਨੂੰ ਪਤਾ ਹੈਗਾ ਜੋ ਮੇਰੀ ਭੈਣ ਨੇ ਲਿਖਿਆ ਬਿਲਕੁਲ ਵੈਸਾ ਹੀ ਹੈ, ਹਰ ਘਰ ਦੇ ਵਿੱਚ ਹੁੰਦਾ ਹੈਗਾ, ਜਿੱਥੇ ਬੱਚੇ ਨੇ ਫਿਰ ਉੱਥੇ ਗੰਦ ਪੈਂਦਾ ਰਹਿੰਦਾ, ਬੱਚਿਆਂ ਨੂੰ ਜਿਤਨਾ ਵੀ ਮਨਾ ਕਰ ਲਈਏ ਉਹਨਾਂ ਆਪਣੀ ਮਰਜ਼ੀ ਨਾਲ ਹਰ ਜਗ੍ਹਾ 'ਤੇ ਖੇਡਣਾ ਕੁੱਦਣਾ ਹੁੰਦਾ ਹੈਗਾ, ਫਿਰ
ਚੀਜ਼ਾਂ ਇੱਧਰੋਂ ਉਠਾ ਕੇ ਉੱਧਰ ਸੱਟ, ਉੱਧਰੋਂ ਉਠਾ ਕੇ ਉਹਦੇ ਸੱਟ, ਅਤੇ ਉਹ ਵੀ ਗੰਦ ਛੰਦ ਸਮਝੋ ਪਾਉਂਦਾ ਰਹਿੰਦਾ। ਕੋਸ਼ਿਸ਼ ਕਰਦੇ ਰਹਿੰਦੇ ਨੇ, ਦੋ ਤਿੰਨ ਦਫ਼ਾ ਝਾੜੂ ਛਾੜੂ ਲਗਾਇਆ, ਲੇਕਿਨ ਜਦੋਂ ਖਾਣਾ ਪੀਣਾ ਪਕਾਈਦਾ ਨਾ, ਤਾਂ ਤੁਹਾਨੂੰ ਮੈਂ ਦੱਸਿਆ ਸੀ ਲੱਕੜੀਆਂ ਜਿਹੜੀਆਂ ਆਉਂਦੀਆਂ ਨੇ ਉਹ ਮਤਲਬ ਕਿ ਇੱਥੇ ਖਾਸ ਤੌਰ 'ਤੇ ਐਡੀ ਅਵੇਲੇਬਲ ਨਹੀਂ ਆਉਂਦੀਆਂ ਪਿੰਡਾਂ ਥਾਵਾਂ 'ਤੇ, ਬਸ ਇਹੀ ਆਉਂਦੀਆਂ ਮਨਛਿੱਟੀ ਹੋ ਗਈ, ਉਹਦੇ ਵਿੱਚ ਵੀ ਪੱਤੇ ਹੁੰਦੇ ਆ। ਹੁਣ ਤਾਂ ਜ਼ਿਆਦਾਤਰ ਤਿਲਾਂ ਦੀਆਂ ਲੱਕੜੀਆਂ ਜਿਹੜੀਆਂ ਨੇ ਉਹ ਆਮੋ ਆਮ ਪੀਆਂ ਚੱਲਦੀਆਂ ਨੇ, ਠੀਕ ਹੈ, ਜੈਸਾ ਕਿ ਮੈਂ ਤੁਹਾਨੂੰ ਦਿਖਾਇਆ ਵੀ ਸੀ ਕੱਲ੍ਹ। ਅਤੇ ਉਸ ਤੋਂ ਇਲਾਵਾ ਜ਼ਿਆਦਾਤਰ ਜਿਹੜੇ ਕਿ ਮਕਈ ਦੇ ਸੁੱਕੇ ਟਾਂਡੇ ਹੁੰਦੇ ਨੇ, ਉਹਨਾਂ ਦਾ ਵੀ ਬਾਲਣ ਬਣਾ ਕੇ ਅਤੇ ਜਿਹੜਾ ਪਿੰਡਾਂ ਥਾਵਾਂ 'ਤੇ ਲੋਕ ਲੈ ਕੇ ਆਉਂਦੇ ਨੇ ਔਰ ਉਹਨਾਂ ਨਾਲ ਖਾਣਾ ਪਕਾਉਣਾ ਕਰਦੇ ਨੇ, ਉਹਨਾਂ ਦੇ ਵਿੱਚ ਵੀ ਫਿਰ ਕਾਫੀ ਸਾਰਾ ਕਚਰਾ ਕੁਚਰਾ ਹੁੰਦਾ, ਉਹ ਨਿਕਲਦਾ ਰਹਿੰਦਾ ਹੈਗਾ, ਤਾਂ ਕਰਕੇ ਚੀਜ਼ ਉੱਥੇ ਗੰਦ ਛੰਦ ਫੈਲਦਾ ਰਹਿੰਦਾ, ਠੀਕ ਹੈ ਨਾ। ਉਸ ਤੋਂ ਇਲਾਵਾ ਬੱਕਰੀ ਸਾਡੀ ਨੇ ਵੇਖੋ ਕਿੰਨਾ ਖਿਲਾਰ ਪਾਇਆ ਹੋਇਆ ਗਾ, ਇਹ ਵੀ ਤੁਸੀਂ ਹੁਣ ਤਕਰੀਬਨ ਕਹਿਣਾ ਵੀ ਗੰਦ ਪਿਆ ਹੋਇਆ ਗਾ। ਅਤੇ ਹਰ ਚੀਜ਼ ਵੈਸੇ ਹਜੇ ਤਰਤੀਬ ਵਾਰ ਤਾਂ ਕੋਈ ਨਹੀਂ ਹੈਗੀ, ਲੇਕਿਨ ਤਰਤੀਬ ਵਾਰ ਜਿਤਨੀ ਵੀ ਕਰ ਲਈਏ ਨਾ, ਅਤੇ ਇਸ ਤਰ੍ਹਾਂ ਮਤਲਬ ਇੱਕ ਹਰ ਘਰ ਦਾ ਇਹ ਹਾਲ ਹੁੰਦਾ, ਠੀਕ ਹੈ ਨਾ। ਇਹ ਸਾਡੀਆਂ ਲੱਕੜੀਆਂ ਨੇ ਜੈਸਾ ਕਿ ਕੱਲ੍ਹ ਤੁਹਾਨੂੰ ਵਿਖਾਇਆ ਗਿਆ, ਔਰ ਇਹਦੇ ਵਿੱਚ ਕਾਫੀ ਜ਼ਿਆਦਾ ਕਚਰਾ ਹੈਗਾ, ਸਮਝੋ ਕਿ ਨਾ, ਇਹ ਵੇਖੋ ਤੁਸੀਂ ਜਿਵੇਂ ਬੋਂ ਬਣਿਆ ਹੁੰਦਾ, ਠੀਕ ਹੈ ਨਾ। ਇਹ ਜਦੋਂ ਚੁੱਕਣੀਆਂ ਨੇ ਇਹ ਜਾਂਦਿਆਂ ਤਾਂ ਖਿਲਰਦਾ ਜਾਣਾ, ਉੱਥੇ ਰੱਖਣੀਆਂ ਉੱਥੇ ਵੀ ਖਿਲਰਦਾ ਰਹਿਣਾ। ਅਤੇ ਇਸ ਦੇ ਬਾਰੇ ਬਾਈ ਜੀ ਕੰਪਰੋਮਾਈਜ਼ ਪਲੀਜ਼ ਕਰ ਲਿਆ ਕਰੋ, ਅਗਰ ਕੋਈ ਮੇਰੇ ਭੈਣ ਭਾਈ ਇਸ ਚੀਜ਼ ਨੂੰ ਬੁਰਾ ਸਮਝਦੇ ਆ ਨਾ, ਮੈਂ ਉਹਨਾਂ ਕੋਲ ਮਾਜ਼ਰਤ ਚਾਹੁੰਦਾ। ਬਹਰ ਸਾਨੂੰ ਬੁਰਾ ਕਿਸੇ ਕਿਸਮ ਦਾ ਨਹੀਂ ਲੱਗਦਾ, ਕਿਸੇ ਤਰ੍ਹਾਂ ਦਾ ਵੀ ਕਮੈਂਟਸ ਵਗੈਰਾ ਆਉਂਦਾ ਨਾ, ਅਸੀਂ ਉਹਦਾ ਕੋਸ਼ਿਸ਼ ਕਰਦੇ ਹਾਂ ਸਹੀ ਤਰ੍ਹਾਂ ਆਨਸਰ ਦੇਣ ਦੀ, ਠੀਕ ਹੈ ਨਾ। ਅੱਜ ਮੈਂ ਸਵੇਰੇ ਜਿਹੜਾ ਨਾ ਸੋਚਿਆ ਔਰ ਇਹਦੇ ਨਾਲ ਸਰਦ ਨਾਲ ਵੀ ਸਲਾਹ ਕੀਤੀ ਕਿ ਜਿਹੜੀ ਇੱਥੋਂ ਨਾ ਦੋ ਤਿੰਨ ਸਟੈਪ ਬਣਾ ਕੇ ਨਾ, ਪੌੜੀਆਂ ਬਣਾ ਕੇ ਅਤੇ ਦੋਨਾਂ ਕਮਰਿਆਂ ਦੀਆਂ, ਅਤੇ ਉਹ ਫਿਰ ਆਸਾਨੀ ਹੁੰਦੀ ਲੈਣ ਚੜ੍ਹਨ ਨੂੰ, ਵੈਸੇ ਵੀ ਸੋਹਣਾ ਲੱਗੇਗਾ। ਉਸ ਤੋਂ ਇਲਾਵਾ ਇਹ ਜਿਹੜੀ ਜਗ੍ਹਾ ਨਾ, ਇਹ ਇਸ ਤਰ੍ਹਾਂ ਸਿੱਧੀ ਕਰਕੇ ਪਰੀ ਦੀ ਮਤਲਬ ਕਿ ਤੇ ਜਿਵੇਂ ਬੈੱਡ ਬਣਦਾ ਨਾ, ਉਹ ਬੈੱਡ ਪੈਨ ਮੇਜ਼ ਤਰ੍ਹਾਂ ਮੇਜ਼ ਬਣ ਜਾਏਗਾ, ਤੋੜ ਹੈ ਥੋੜ੍ਹੀ ਜਿਹੀ ਥੜੀ, ਠੀਕ ਹੈ ਨਾ। ਯਾਨੀ ਕਿ ਸਰਦੀਆਂ 'ਚ ਬੱਚੇ ਜਿਹੜੇ ਨਾ ਖੇਡਣ ਕੁੱਦਣਗੇ ਜਾਂ ਫਿਰ ਵੈਸੇ ਬਹਿਣਾ ਖਲੋਣਾ ਹੋਵੇਗਾ ਤਾਂ ਉੱਥੇ ਧੁੱਪ ਦੇ ਉੱਤੇ ਆਰੇ ਲੱਗ ਕੇ ਬੈਠੇ ਰਹਿਣਗੇ। ਲੇਕਿਨ ਮੇਰਾ ਬਾਈ ਜੀ ਟਾਈਮ ਹੀ ਕੋਈ ਨਹੀਂ ਲੱਗਿਆ, ਨਾ ਇਹਦਾ ਐਡਾ ਕੋਈ ਟਾਈਮ ਲੱਗਿਆ। ਮੈਂ ਅੱਜ ਸਾਰਾ ਦਿਨ ਮਿਸਤਰੀਆਂ ਦੇ ਪਿੱਛੇ ਹੀ ਰਿਹਾ, ਉੱਥੇ ਕੋਸ਼ਿਸ਼ ਕਰਕੇ ਮੈਂ ਆਖਿਆ ਅੱਜ ਫਰਸ਼ ਜਿਹੜਾ ਨਾ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕਰਾਂ, ਅਤੇ ਅੱਲਾ ਕੀਤਾ ਫਰਸ਼ ਜਿਹੜਾ ਨਾ ਮੁਕੰਮਲ ਹੋ ਗਿਆ। ਪਰਲਾ ਅਗਰ ਉਹ ਨਾ ਵਿੱਚ ਮਤਲਬ ਇਹਨਾਂ ਉਹਨਾਂ ਦੀ ਸਲਾਹ ਬਦਲਦੀ ਅਤੇ ਉਹ ਵੀ ਅਲਹਮਦੁਲਿਲਾ ਮੁਕੰਮਲ ਹੋ ਗਿਆ। ਕੱਲ੍ਹ ਉਹਦੇ ਉੱਤੇ ਸੀਮੈਂਟ ਵਗੈਰਾ ਪਾ ਕੇ ਅਤੇ ਫਰਸ਼ ਸਾਡਾ ਮੁਕੰਮਲ ਹੋਣ ਵਾਲਾ ਸੀ, ਲੇਕਿਨ ਉਹਦੇ ਵਿੱਚ ਥੋੜ੍ਹਾ ਜਿਹਾ ਬਾਈ ਅਫਜ਼ਲ ਨੇ ਆ ਕੇ ਨਾ ਮਤਲਬ ਕਿ ਉਹਨੇ ਥੋੜ੍ਹੀ ਸਲਾਹ ਦਿੱਤੀ ਵੀ ਇਹਨੂੰ ਥੋੜ੍ਹਾ ਚੇਂਜ ਕਰੋ, ਯਾਨੀ ਕਿ ਥੋੜ੍ਹਾ ਉੱਚਾ ਕਰੋ, ਤਾਂ ਕਰਕੇ ਫਿਰ ਉਹ ਰਹਿ ਗਿਆ। ਲੇਕਿਨ ਕੋਸ਼ਿਸ਼ ਇਹ ਹੈ ਕਿ ਕੱਲ੍ਹ ਇਨਸ਼ਾਅੱਲਾ ਤਾਲਾ ਫਰਸ਼ ਜਿਹੜਾ ਨੂੰ ਮੁਕੰਮਲ ਹੋ ਜਾਸੀ, ਉਸ ਤੋਂ ਬਾਅਦ ਪਲਸਤਰ, ਪਲਸਤਰ ਦੋ ਤਿੰਨਾਂ ਦਿਨਾਂ ਦੇ ਵਿੱਚ ਹੋ ਜਾਸੀ ਮੁਕੰਮਲ, ਅਤੇ ਫਿਰ ਇੱਥੋਂ ਕੰਮ ਹੋ ਜਾਵੇਗਾ ਖਤਮ। ਅਤੇ ਕੱਲ੍ਹ ਅਸੀਂ ਇਨਸ਼ਾਅੱਲਾ ਦੋਵੇਂ ਬਹਿਣ ਭਰਾ ਕੋਸ਼ਿਸ਼ ਕਰਕੇ ਨਾ, ਜਿਵੇਂ ਵੀ ਹੈ ਇਹਨਾਂ ਨੂੰ ਛਾਂ, ਕੱਲ੍ਹ ਕੋਸ਼ਿਸ਼ ਕਰਕੇ ਇਨਸ਼ਾਅੱਲਾ ਤਾਲਾ ਇਹ ਪੌੜੀਆਂ ਜਿਹੜੀਆਂ ਨਾ ਬਣਾਉਣ ਦੀ ਕਰੀਏ, ਇਹਨੂੰ ਕੁੰਝ ਕੇ ਕਿਸੇ ਪਾਸੇ ਲਾ, ਹਾਂਜੀ, ਕਿਉਂਕਿ ਹਰ ਜਗ੍ਹਾ ਕਚਰਾ ਚੰਗਾ ਵੀ ਕੋਈ ਲੱਗਦਾ, ਉਹਦੇ ਵੀ ਲੱਕੜੀਆਂ ਪਈਆਂ ਨੇ, ਇਹ ਵੀ ਪਈਆਂ ਹੋਈਆਂ ਨੇ, ਇਹ ਚਾਹ ਚੁ ਕੇ ਇੱਕ ਸਾਈਡ 'ਤੇ ਕਰਨੇ ਆ, ਠੀਕ ਹੈ ਨਾ। ਅਤੇ ਜਿੱਥੇ ਲੱਕੜੀਆਂ ਹੋਣਗੀਆਂ ਨਾ, ਉੱਥੇ ਬੇਸ਼ੱਕ ਦੇ ਕੋਈ ਮਤਲਬ ਵਾੜ ਜਾਂ ਕੋਈ ਇਸ ਤਰ੍ਹਾਂ ਦੀ ਦੀਵਾਰ ਸ਼ਿਵਾਰ ਪਾ ਦਿੱਤੀ ਜਾਵੇ ਨਾ, ਅਤੇ ਉਹਦੇ ਨਾਲ ਵੈਸੇ ਵੀ ਮਤਲਬ ਕੁੰਜਿਆ ਰਹੇਗਾ ਇੱਕ ਜਗ੍ਹਾ 'ਤੇ, ਸਹੀ ਹੈ ਨਾ, ਸਾਰਾ ਵਿਹੜੇ 'ਤੇ ਸਤੀਆ ਨਾਸ਼ ਫਿਰਿਆ ਪਿਆ। ਹਾਂ, ਕੰਮ ਹੱਲੋ ਉਹਨੂੰ ਇੰਨਾ ਹੀ ਟਾਈਮ ਲੱਗਦਾ, ਅਤੇ ਨਾ ਤੂੰ ਇਕੱਲੀ ਕਰ ਸਕਣੀ ਹੈ, ਕੋਈ ਦਿਹਾੜੀ ਤੇ ਬੰਦਾ ਲਾ ਦੇਈਏ, ਤੂੰ ਐਂ ਕਰ, ਕੋਈ ਦਿਹਾੜੀਦਾਰ ਲਾ, ਭਾਵੇਂ ਕਿਸੇ ਸਮਾਣੀਆਂ ਲਾਭ ਲਾ, ਦੋ ਦਿਹਾੜੀਦਾਰ ਲਾਭ ਲਾ, ਉਹਨਾਂ ਨੂੰ ਰੁਪਈਆ 500-500 ਦੇ ਛੱਡਸਾਂ, ਉਹ ਤੇਰੇ ਨਾਲ ਕੁੰਜਾ ਦੇਸ, ਦੋ ਤਿੰਨ ਰਕਸ਼ੇ ਮਿੱਟੀ ਦਾ ਸਟਾਲ ਇੰਨਾ, ਹਾਂ
ਜਿਹੜੀ ਆ ਉਹ ਕੰਧ ਹੈ, ਹਾਂਜੀ, ਤੇ ਇਹ ਕੰਧ, ਅੱਛਾ, ਤੇ ਵਿਹੜਾ, ਇਹ ਹੋ ਜਾਵੇ ਕੰਪਲੀਟ, ਬਾਕੀ ਰਹਿ ਜਾਣ ਕਮਰੇ, ਕਮਰੇ ਨਾ ਉਹ ਮੈਂ ਆਪੇ ਖੁਦ ਹੀ ਕਰ ਲਈ ਥੱਲੇ, ਉਹ ਤਾਂ ਲਿਪੇ ਪੈਣ ਅੱਗੇ, ਉਹ ਨਹੀਂ ਇਹ ਕੱਚਾ ਕਮਰਾ ਜਿਹੜਾ ਨਾ ਅੱਗ ਵਾਲਾ, ਅੱਛਾ, ਇਹ ਅੱਗ ਵਾਸਤੇ ਬਈ, ਇਹ ਮਤਲਬ ਬੰਦਾ ਬਾਰਿਸ਼ ਆ ਜਾਂਦੀ ਨਾ ਨੁਸਰਤ ਦਾ ਪਤਾ ਕਰ, ਓਹਨੂੰ ਆਖ ਤੂੰ ਇੱਕ ਅੱਧੀ ਨਾਲ ਲੈ ਆ ਸਵਾਣੀ, ਠੀਕ ਹੈ ਨਾ, ਮਿੱਟੀ ਸਟਾ ਲੈਣੇ ਕੱਲ ਤੱਕ ਇਨਸ਼ਾਲਾ ਤਾਲਾ, ਅਬੇਲ ਤਾਂ ਅੱਜ ਇਨਸ਼ਾਲਾ ਮੇਰੀ ਪੇਮੈਂਟ ਆ ਜਾਸੀ, ਨਹੀਂ ਤਾਂ ਕੱਲ ਤੱਕ ਆ ਜਾਣੀ, ਰੁਪਈਆ ਜਿਹੜਾ 2,2500 ਲੱਗਾ ਉਹ ਮੈਂ ਕਰਵਾ ਦਿੰਦਾ ਤੈਨੂੰ ਵਿਹੜੇ ਦਾ, ਠੀਕ ਹੈ ਨਾ, ਆ ਮਿੱਟੀ ਛਿੱਟੀ ਸੱਟ ਕੇ ਅਤੇ ਉਹਨਾਂ ਦੀ ਦਿਹਾੜੀ ਪਾਰਦੀ ਸਾਂ, ਅੱਲਾ ਅੱਲਾ ਅਤੇ ਖੈਰ ਸੱਲਾ, ਹਾਂ ਇੱਦਾਂ ਤਾਂ ਕੰਮ ਮੁੱਕੇ ਵੀ ਆ, ਸਮਝੋ ਐਡਾ ਸੋਹਣਾ ਅੱਲਾ ਪਾਕ ਨੇ ਹੁਣ ਕਰ ਦਿੱਤਾ, ਇਹਨੂੰ ਸੁਥਰਿਆ ਨਾ ਕਰੀਏ ਤੇ ਇਹ ਵੀ ਮੁੜ, ਸਾਰਾ ਰੜਾ ਮੈਦਾਨ ਆਈ, ਯਾਨੀ ਕਿ ਉੱਤੋਂ ਤਾਂ ਸਿਰਫ ਦੀਵਾਰ ਹੈ ਆਏਗੀ, ਉਹ ਵੀ ਉਹਨਾਂ ਦਾ ਪਰਦਾ ਕੀਤਾ ਹੋਇਆ, ਹਾਂ ਹੁਣ ਗੰਦ ਮੱਚਾ ਪਿਆ, ਹਾਂ ਨਾਲੇ ਨਾ ਚੁੱਲ੍ਹਾ ਜਿਹੜਾ ਇਹ ਵੀ ਉੱਥੇ ਇੱਕ ਸਾਈਡ ਤੇ ਲਾ, ਦੋਵੇਂ ਚੁੱਲ੍ਹੇ ਇੱਕ ਸਾਈਡ ਤੇ ਲਾ, ਤਵੀ ਵਾਲਾ ਵੀ ਤੇ ਉਹ ਵਾਲਾ ਛੋਟਾ ਚੁੱਲ੍ਹਾ ਵੀ, ਇਹਦੇ ਬਾਰੇ ਵੀ ਕਮੈਂਟ ਆ ਰਿਹਾ ਵੀ ਇਹ ਚੁੱਲ੍ਹਾ ਜਿਹੜਾ ਨਾ ਪਰਾਂ ਦੀਵਾਰ ਦੇ ਨਾਲ ਲੱਗਾ ਹੋਵੇ ਨਾ ਤੇ ਉਹ ਸੋਹਣਾ ਲੱਗਦਾ, ਇੰਜ ਸੇਮ ਦੇ ਵਿੱਚ ਚੁੱਲ੍ਹਾ ਨਹੀਂ ਚੰਗਾ, ਇਹ ਵੀ ਨਹੀਂ ਸਹੀ ਪਿਆ ਹੋਇਆ, ਇਹ ਐਵੇਂ ਰਾਹ ਦੇ ਉੱਤੇ ਪਿਆ ਹੋਇਆ, ਹਾਂ ਛੋਟਾ ਜਿਹਾ ਛਪਰਾ ਬਣਾ ਲਵਿਆ, ਜਾਂ ਫਿਰ ਇਥੋਂ ਜੰਗਾਂ ਦੀ ਲੱਕੜੀਆਂ ਛੱਕੜੀਆਂ ਕੱਢ ਕੇ ਲਿਆ ਕੇ ਉਹਦਾ ਬਣਾ ਲਵਿਆ, ਹੁਣ ਤਾਂ ਸਰਦੀ ਆ ਰਹੀ, ਹਾਂ ਚਲੋ ਐਤਕੀ ਤਾਂ ਗੁਜ਼ਾਰਾ ਹੋ ਜਾਸੀ, ਲੇਕਿਨ ਐਂਦੇ ਮਤਲਬ ਇਹ ਸਰਦੀ ਚ ਵੀ ਹੁੰਦਾ ਹੈ ਗਿਆ, ਜਿਸ ਬਾਰਿਸ਼ ਬੁਰਿਸ਼ ਹੋਵੇ ਉਹ ਸ਼ਾਇਦ ਤੁਹਾਡੇ ਕੋਲ ਚਲੋ ਕੋਠਾ ਜੂ ਹੈ, ਹਾਂ ਉਹ ਚਲੋ ਕਮਰਾ ਹੈਗਾ, ਲੇਕਿਨ ਗਰਮੀ ਦੇ ਵਿੱਚ ਉਸ ਕਮਰੇ 'ਚ ਨਹੀਂ ਬੈਠਾ ਜਾਂਦਾ, ਹਾਂ ਉਹਦੇ ਵਾਸਤੇ ਆ ਛੋਟਾ ਜਿਹਾ ਜਿਵੇਂ ਅਸੀਂ ਡਾਰਾ ਪਾਇਆ ਉਵੇਂ ਛੋਟਾ ਜਿਹਾ ਡਾਰਾ ਪਾ ਦਿੱਤਾ, ਠੀਕ ਹੈ ਨਾ, ਇੱਕ ਤਾਂ ਇੱਥੇ ਲੜਾਈਆਂ ਨਹੀਂ ਮੁੱਕਦੀਆਂ, ਕੀ ਕਰੇ ਬੰਦਾ, ਇਹ ਕਿੰਨੇ ਵੱਟਾ ਹੈ ਕੀ ਬਣਿਆ, ਇਹ ਲੜਾਈਆਂ ਨਹੀਂ ਮੁੱਕਦੀਆਂ ਤੁਹਾਡੀਆਂ, ਇਹ ਤਾਂ ਸ਼ੁਕਰ ਹੋਇਆ ਦੀਵਾਰ ਸ਼ਿਵਾਰ ਤੁਹਾਡੀ ਪੈ ਗਈ, ਵਰਨਾ ਇੱਥੇ ਤਾਂ ਹਰ ਟਾਈਮ ਹੀ ਰਾਤ ਲੜਾਈ ਝੰਝਟ, ਅੱਲਾ ਮਾਫ ਕਰੇ ਭਾਈ, ਸੁਣੋ ਤੁਸੀਂ ਭਾਈ ਹੁਣ ਤੂੰ ਬੁਲਾ ਜਾਵੀਂ, ਤੂੰ ਨਾ ਕੁਛ ਆਖੀ ਸਾਰਾ, ਤੂੰ ਬੁਲਾ ਜਾਵੀਂ ਇੱਥੇ ਬਾਈ ਜੀ, ਇਹ ਹੀ ਰੰਡੀ ਰੋਣਾ ਹੈਗਾ, ਇਹ ਜਿਹੜੀ ਪਿੰਡਾਂ ਥਾਵਾਂ ਵਾਲੀਆਂ ਜਨਾਨੀਆਂ ਹੁੰਦੀਆਂ ਨਾ ਬਿਲਕੁਲ ਨਹੀਂ ਰਲ ਬਹਿ ਸਕਦੀਆਂ, ਇੱਕ ਤਰ੍ਹਾਂ ਤਾਂ ਇਹਨਾਂ ਦਾ ਪਿਆਰ ਵੀ ਬੜਾ ਹੁੰਦਾ ਹੈਗਾ, ਕਿਸੇ ਟਾਈਮ ਸਮਝੋ ਕਿ ਨਾ ਕਈ ਦਫ਼ਾ ਵੇਖਿਆ ਇੱਕ ਦੂਏ ਦੀਆਂ ਨਾ ਜੂਆਂ ਕੱਢਣ ਬੈਠੀਆਂ ਹੋਣਗੀਆਂ, ਅਤੇ ਕਈ ਦਫ਼ਾ ਐਸਾ ਵੇਖਿਆ ਕਿ ਬੱਚਿਆਂ ਦੇ ਮਗਰ ਨਾ ਲੜਾਈ ਪਈ ਹੋਵੇਗੀ, ਹੁਣ ਹੀ ਉਹ ਬੱਚਿਆਂ ਦੇ ਪਿੱਛੇ ਲੜਾਈ ਪਈ ਹੈ ਸਵੇਰ ਦੇ, ਮਤਲਬ ਨਾ ਹੁਣ ਕੀ ਹੋਇਆ, ਨਹੀਂ ਹੁਣ ਕੀ ਹੋਇਆ, ਕੁਛ ਨੀ ਹੁੰਦਾ, ਚੁੱਪ ਬੱਚਿਆਂ ਨੇ ਲੜ ਲੜਾ ਕੇ ਫਿਰ ਇੱਕੋ ਜਿਹਾ ਹੋ ਜਾਣਾ ਹੁੰਦਾ, ਲੇਕਿਨ ਵੱਡਿਆਂ ਚ ਫਿਰ ਇਹਨਾਂ ਦੀ ਰਾਂਦ ਜਿਹੜੀ ਸ਼ੁਰੂ ਹੋ ਜਾਂਦੀ ਆ, ਤੇ ਅੱਲਾ ਖੈਰ ਕਰੇ ਸਾਡੇ ਤਾਂ ਪਿੰਡਾਂ ਥਾਵਾਂ ਬਾਈ ਜੀ ਇਹ ਜੀ
ਸਿਆਪੇ ਚੱਲਦੇ ਨੇ। ਬਹਰਹਾਲ ਜੀ ਮੈਂ ਹੁਣ ਨਹਾਉਣ ਧੋਣ ਲੱਗਾ, ਬੜੀ ਗਰਮੀ ਲੱਗ ਰਹੀ ਹੈ। ਵੈਸੇ ਵੀ ਇੱਥੇ ਤੁਹਾਨੂੰ ਪਤਾ ਬਹੁਤ ਹੀ ਗਰਮੀ, ਹਾਲਾਂਕਿ ਨਾਲ ਨਹਿਰ ਚੱਲਦੀ ਪਈ ਹੈ ਫਿਰ ਵੀ ਬੜੀ ਗਰਮੀ ਲੱਗਦੀ ਹੈ। ਹਵਾ ਵੂ ਚੱਲਦੀ ਕੋਈ ਨਹੀਂ, ਹਵਾ ਰੁਕ ਜਾਂਦੀ ਤਕਰੀਬਨ ਸ਼ਾਮ ਦੇ ਟਾਈਮ ਆ ਕੇ, ਦਿਨੇ ਕੋਲ ਥੋੜ੍ਹੀ ਬਹੁਤ ਚੱਲਦੀ ਹੈ। ਹਾਲਾਂਕਿ ਮੌਸਮ ਚੇਂਜ ਹੋਇਆ ਹੋਇਆ ਫਿਰ ਵੀ ਇੰਨੀ ਗਰਮੀ ਜਿਹੜੀ ਨਾ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਹੈਗੀ।